ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਜੀ ਆਇਆਂ ਨੂੰ ਈਰਾਨ ਦੇ ਤੇਲ ਤੇ ਗੈਸ ਪਾਈਪਲਾਈਨ ਦੇ ਤਮਾਕਾ ਤਿੰਨ ਵਰਕਰਾਂ ਦੀ ਮੌਕੇ ਤੇ ਮੌਤ ਤਾਜ਼ਾ ਵੱਡੀ ਖਬਰ ਕਵਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਹੈ ਜਿੱਥੇ ਚੈਨਲ ਸ਼ਾਪਿੰਗ ਕਰ ਸਕਦੇ ਹਾਂ ਈਰਾਨ ਦੇ ਦੱਖਣ ਪੱਛਮੀ ਇੱਕ ਵਿੱਚ ਪੰਪ ਹਾਊਸ ਵਿੱਚ ਤੇਲ ਤੇ ਗੈਸ ਪਾਈਪਲਾਈਨ ਫਟਣ ਕਾਰਨ ਮੰਗਲਵਾਰ ਨੂੰ ਤਿੰਨ ਵਰਕਰਾਂ ਦੀ ਮੌਤ ਹੋ ਗਈ ਤੇ ਚਾਰ ਜ਼ਖਮੀ ਹੋ ਗਏ ਅਰਧ ਸਰਕਾਰੀ ਮਿਹਰਦਾਨੀ ਸਮੇਤ ਕਈ ਖਬਰਾਂ ਵਿੱਚ ਦੱਸਿਆ ਗਿਆ ਕਿ tMapaka ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਦੱਖਣ ਪੱਛਮ ਵਿੱਚ ਲਗਭਗ 500 ਕਿਲੋਮੀਟਰ ਦੱਖਣ ਪੱਛਮ ਵਿੱਚ ਐਨ ਖੋਸ਼ ਖੇਤਰ ਵਿੱਚ ਹੋਇਆ ਹਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਜ਼ਖਮੀਆਂ ਦੀ ਹਾਲਤ ਕਿਵੇਂ ਹੈ ਤੇ ਨਾ ਹੀ tMapake ਦਾ ਕਾਰਨ ਕੀ ਸੀ 이란 ਦੇ ਤੇਲ ਮੰਤਰੀ ਬਿਜ਼ਨ ਜੰਗਦੇ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਅਤੇ ਪੀੜਤ ਦੇ ਪਰਿਵਾਰਾਂ ਨਾਲ ਸੋਗ ਦੀ ਪੇਸ਼ਕਸ਼ ਕੀਤੀ ਤੇ ਨਾਲ ਹੀ ਜੋ ਤਿੰਨ ਵਿਅਕਤੀ ਮਰੇ ਨੇ ਉਹਨਾਂ ਲਈ ਅਰਦਾਸਾਂ ਕੀਤੀਆਂ ਕਿ ਹਾਂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਤੇ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣਾ ਤੇ ਇਹਨਾਂ ਦੇ ਕਾਰਨਾਂ ਦਾ ਵੀ ਜਲਦ ਤੋਂ ਜਲਦ ਪਤਾ ਲਗਾ ਕੇ ਤੁਹਾਡੇ ਸਾਹਮਣੇ ਹੋਰ ਨਿਊਜ਼ ਅਪਡੇਟ ਸਾਂਝੀ ਕਰਾਂਗੇ खावणू लाट तक देखण तो थोडा वाद